ਸਤਿ ਸ੍ਰੀ ਅਕਾਲ, ਮੈਂ ਹਾਂ ਚੰਚਲ ਮਨੋਜ ਸਿੰਘ, ਤੁਸੀਂ ਦੇਖ ਰਹੇ ਹੋ ਅੰਮ੍ਰਿਤ ਪ੍ਰਸਾਰ। ਅੰਮ੍ਰਿਤ ਪ੍ਰਸਾਰ ਦੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਅੱਜ ਬੜਾ ਇੱਕ ਅਹਿਮ ਮੁੱਦੇ ਤੇ ਡਿਸਕਸ਼ਨ ਕਰਾਂਗੇ ਜੋ ਸਾਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਅੱਜ ਦੇਸ਼ ਵਿੱਚ ਇੱਕ ਵਿਸ਼ਵਾਸ ਬਣਿਆ ਕਿ ਦੇਸ਼ ਵਿੱਚ ਅਜੇ ਵੀ ਡੈਮੋਕ੍ਰੇਸੀ ਨੂੰ ਜੇ ਕੋਈ ਬਚਾ ਸਕਦਾ ਤਾਂ ਉਹ ਸਿਰਫ ਸੁਪਰੀਮ ਕੋਰਟ ਹੀ ਹੈ। ਸੁਪਰੀਮ ਕੋਰਟ ਨੇ 3 ਮੈਂਬਰੀ ਬੈਂਚ ਨੇ ਜਿਹਦੇ ਕਿ ਹੈਡਿਡ ਬਾਈ ਚੀਫ ਜਸਟਿਸ ਆਫ ਇੰਡੀਆ DV ਚੰਦਰਚੂੜ, ਆਨਰੇਬਲ ਜਸਟਿਸ JP ਪੈਡੀਵਾਲ ਅਤੇ ਆਨਰੇਬਲ ਜਸਟਿਸ ਮਨੋਜ ਮਿਸ਼ਰਾ ਦੇ ਬੈਂਚ ਨੇ ਅੱਜ ਆਮ ਆਦਮੀ ਪਾਰਟੀ ਦੇ ਮੇਅਰ ਦੇ ਕੈਂਡੀਡੇਟ ਕੁਲਦੀਪ ਕੁਮਾਰ ਨੂੰ ਚੰਡੀਗੜ੍ਹ ਦਾ ਮੇਅਰ ਘੋਸ਼ਿਤ ਕਰ ਦਿੱਤਾ। ਉਹਨਾਂ ਨੂੰ ਮੇਅਰ ਦੀ ਕੁਰਸੀ 'ਤੇ ਮੁੜ ਬਿਠਾ ਦਿੱਤਾ ਹੈ। ਔਰ ਮਨੋਜ ਕੁਮਾਰ ਸੋਨਕਰ ਜੋ BJP ਦੇ ਕੈਂਡੀਡੇਟ ਸੀ, ਜੋ ਫਰਾਡ ਨਾਲ ਜਿੱਤੇ ਸੀ, ਜੋ ਵੋਟਾਂ ਦੀ ਹੇਰਾਫੇਰੀ ਨਾਲ ਜਿਹੜੀਆਂ ਕਿ ਪ੍ਰਿਜ਼ਾਈਡਿੰਗ ਅਫਸਰ ਅਨਿਲ ਮਸ਼ੀ ਨੇ ਕੀਤੀਆਂ ਸੀ, ਉਸ ਨੂੰ ਗਦੀਓਂ ਉਤਾਰ ਦਿੱਤਾ। ਔਰ ਇੱਥੇ ਜੋ ਇੱਕ ਬੜੀ ਇੰਪੋਰਟੈਂਟ ਕਮੈਂਟ ਜਿਹੜਾ ਪਿਛਲੀ ਜਿਹੜੀ ਸੁਪਰੀਮ ਕੋਰਟ ਦੀ ਬੈਠਕ ਹੋਈ ਉਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਇਹ ਜੋ ਕੁਝ ਵੀ ਮਸੀਹ ਨੇ ਕੀਤਾ, ਅਨਿਲ ਮਸੀਹ ਨੇ, ਇਟ ਅਮਾਊਂਟਸ ਟੂ ਮਰਡਰ ਐਂਡ ਮੋਕਰੀ ਆਫ ਡੈਮੋਕ੍ਰੇਸੀ। ਸੋ ਚੰਦਰਚੂੜ ਡੇਸਕ ਦੇ ਮੁੱਦੇ 'ਤੇ ਜੋ ਬੇਈਮਾਨੀ ਕੀਤੀ ਅਨਿਲ ਮਸੀਹ ਨੇ, ਉਹਦੇ 'ਤੇ ਬੜੀ ਉਹਨਾਂ ਨੂੰ ਗੁੱਸਾ ਸੀ। ਔਰ ਉਹਨਾਂ ਨੇ ਇਹ ਕਿਹਾ ਕਿ ਵੀ ਜਿਸ ਪ੍ਰਿਜ਼ਾਈਡਿੰਗ ਆਫਿਸਰ ਨੇ ਇਹ ਬੈਲਟ ਪੇਪਰ ਡੀਫੇਸ ਕੀਤੇ ਉਸ ਨੂੰ ਪ੍ਰੋਸੀਕਿਊਟ ਵੀ ਕੀਤਾ ਜਾਵੇਗਾ। ਸੋ ਇਹ ਸਾਰਾ ਜੋ ਅਡੰਬਰ ਰਚਾਇਆ ਇਹ ਤੁਸੀਂ ਸੋਚ ਸਕਦੇ ਹੋ ਕਿ ਅਨਿਲ ਮਿਸ਼ੀ ਦਾ ਇਹਦੇ 'ਚ ਹੱਥ ਨਹੀਂ। ਇਹਦੇ ਪਿੱਛੇ ਜਿਵੇਂ ਕਿ ਅੱਜ ਟਵੀਟ ਕੀਤਾ ਰਾਹੁਲ ਗਾਂਧੀ ਨੇ ਕਿ ਅਨਿਲ ਮਸੀਹ ਤਾਂ ਇੱਕ ਫਾਨ ਹੈ, ਇਹਦੇ ਪਿੱਛੇ ਤਾਂ ਚਿਹਰਾ ਨਰਿੰਦਰ ਮੋਦੀ ਦਾ, ਯਾਨੀ ਕਿ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਨੂੰ ਅੱਜ ਨੀਂਦ ਆਉਣੀ ਮੁਸ਼ਕਲ ਹੋਏਗੀ ਕਿ ਇਹ ਦੂਸਰਾ ਅਜਿਹਾ ਫੈਸਲਾ ਜਿਸ ਨੇ ਕਿ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਦੇਸ਼ ਦੇ ਗ੍ਰਹਿ ਮੰਤਰੀ ਨੂੰ ਇੱਕ ਕਟਹਿਰੇ ਵਿੱਚ ਲਿਆ ਕੇ ਖੜਾ ਕਰ ਦਿੱਤਾ। ਕਿਉਂਕਿ ਅਨਿਲ ਮਸੀਹ ਦੀ ਨਿਮਤ ਨਹੀਂ ਹੋ ਸਕਦੀ ਕਿ ਉਹ ਹਰ ਹਾਲਤ ਵਿੱਚ ਚੰਡੀਗੜ੍ਹ ਦਾ ਮੇਅਰ BJP ਬਣਾਉਣ ਲਈ ਕਿਸੇ ਵੀ ਹੱਦ ਤੱਕ, ਯਾਨੀ ਵੋਟਾਂ ਉੱਪਰ ਕਾਟਾ ਲਾਉਣ ਦੀ ਅੱਠ ਕਾਟੇ ਲਾ ਕੇ ਉਸਨੇ ਇਹ ਚੋਣ BJP ਦੇ ਹੱਕ ਵਿੱਚ ਅਨਾਊਂਸ ਕਰਤੀ। ਜਦੋਂ ਬੁਲਾਇਆ ਗਿਆ ਅਨਿਲ ਮਸੀਹ ਨੂੰ ਔਰ ਉਹ ਚੀਫ ਜਸਟਿਸ ਦੇ ਸਾਹਮਣੇ ਕੋਰਟ ਵਿੱਚ ਖੜਾ ਸੀ ਤਾਂ ਉਹ ਥਰ ਥਰਾ ਰਿਹਾ ਸੀ, ਜਵਾਨ ਉਹਦੀ ਥਥਲਾ ਰਹੀ ਸੀ ਅਤੇ ਉਹ ਸਵਾਲਾਂ ਦੇ ਜਵਾਬ ਵੀ ਦੇਣ ਵਿੱਚ ਉਸਨੂੰ ਦਿੱਕਤ ਹੋ ਰਹੀ ਸੀ। ਉਸਨੇ ਕੋਰਟ ਨੂੰ ਕੁਛ ਝੂਠੀ ਸਟੇਟਮੈਂਟ ਵੀ ਦੇ ਦਿੱਤੀ, ਜਿਹਨੂੰ ਪਰਜੀਰੀ ਵੀ ਕਹਿ ਸਕਦੇ ਹਾਂ, ਕਿ ਉਸਨੇ ਕਿਹਾ ਕਿ ਵੀ ਇਹ ਵਿਰੋਧੀ ਪਾਰਟੀਆਂ ਨੇ ਇਹ ਜਿਹੜੇ
ਬੈਲਟ ਪੇਪਰ ਸੀ ਖੋਹ ਕੇ ਖਰਾਬ ਕਰ ਦਿੱਤੇ ਸੀ ਤੇ ਮੈਂ ਉਹਨਾਂ ਬੈਲਟ ਪੇਪਰਾਂ ਤੇ ਨਿਸ਼ਾਨੀਆਂ ਲਾ ਰਿਹਾ ਸੀ ਤਾਂ ਜੋ ਮੈਂ ਉਹਨਾਂ ਨੂੰ ਵੱਖ ਕਰਕੇ ਰੱਖਾਂ। ਪਰ ਇਹ ਸਾਰਾ ਕੁਝ ਵੀਡੀਓ ਤੇ ਰਿਕਾਰਡ ਹੋ ਰਿਹਾ ਸੀ, ਉਹ ਵੀਡੀਓ ਰਿਕਾਰਡਿੰਗ ਵੱਲ ਦੇਖੀ ਵੀ ਜਾ ਰਿਹਾ ਸੀ ਅਤੇ ਸਭ ਕੁਝ ਕਰੀ ਵੀ ਜਾ ਰਿਹਾ ਸੀ। ਸੋ ਅੱਜ ਜਦੋਂ ਫਾਈਨਲ ਫੈਸਲਾ ਦੇਣਾ ਸੀ, ਕੱਲ੍ਹ ਉਹਨਾਂ ਨੇ ਕਿਹਾ ਸੀ ਕਿ ਅਨਿਲ ਮੱਛੀ ਵੀ ਕੋਰਟ ਵਿੱਚ ਆਉਣਾ ਚਾਹੀਦਾ ਔਰ ਸਾਰੇ ਬੈਲਟ ਪੇਪਰ ਅਤੇ ਉਹਨਾਂ ਨੇ ਵੀਡੀਓ ਰਿਕਾਰਡਿੰਗ ਮੰਗਵਾ ਲਈਆਂ ਉੱਥੇ। ਸੋ ਚੀਫ ਜਸਟਿਸ ਦੇ ਹੁਕਮ ਨਾਲ ਵੀਡੀਓ ਰਿਕਾਰਡਿੰਗ ਕੋਰਟ ਵਿੱਚ ਚਲਾ ਦਿੱਤੀ ਗਈ, ਜਿਹੜੀ ਕਿ ਭਰੀ ਹੋਈ ਕੋਰਟ ਜੋ ਵਕੀਲਾਂ ਨਾਲ ਹੁੰਦੀ ਹੈ, ਕੋਰਟ ਨੰਬਰ 1, ਉਹਦੇ ਵਿੱਚ ਸਭ ਨੇ ਦੇਖੀ ਔਰ ਜੱਜ ਵੀਡੀਓ ਦੇਖ ਕੇ ਮੁਸਕਰਾ ਰਹੇ ਸੀ ਕਿ ਅਨਿਲ ਮੱਛੀ ਕਿਵੇਂ ਬੇਖੋ ਵੋਟਾਂ ਨੂੰ ਕਾਟੇ ਲਾ ਕੇ ਔਰ ਵੋਟਾਂ ਖਾਰਜ ਕਰ ਰਿਹਾ ਸੀ। ਸੋ ਇਹ ਜੋ ਹੋਇਆ, ਇਸ ਪਿੱਛੇ ਹੱਥ ਕਿੱਦਾਂ, ਇਸ ਨੂੰ ਕੌਣ ਹੁਣ ਲੱਭੇਗਾ, ਕਿਉਂਕਿ ਵੀਡੀਓ ਰਿਕਾਰਡਿੰਗ ਨੂੰ ਦੁਬਾਰਾ ਚਲਾਇਆ ਗਿਆ, ਇਸ 'ਤੇ ਫਿਰ ਸਾਰੀ ਕੋਰਟ ਨੇ ਦੇਖਿਆ। ਔਰ ਤੁਸੀਂ ਇਹ ਸੋਚੋ ਕਿ ਇੱਕ ਬੀਜੇਪੀ ਲਈ, ਯਾਨੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਅਤੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਲਈ ਹਰ ਚੋਣ ਜਿੱਤਣੀ ਜਿਸ ਤਰ੍ਹਾਂ ਮਰਜ਼ੀ ਹੋਵੇ, ਇਹ ਜਿਹੜੀ ਉਹਨਾਂ ਦਾ ਇਰਾਦਾ ਅਤੇ ਪੱਕਾ ਮਿਸ਼ਨ ਹੈ, ਇਹਦੇ ਵਿੱਚ ਉਹ ਐਤਕੀ ਐਕਸਪੋਜ਼ ਹੋ ਗਏ। ਚੰਡੀਗੜ੍ਹ ਦੀਆਂ ਕੁੱਲ 1414 ਲੱਖ ਦੇ ਕਰੀਬ ਆਬਾਦੀ ਹੈ, ਛੋਟਾ ਜਿਹਾ ਸ਼ਹਿਰ ਹੈ, ਇੱਥੋਂ ਦੇ ਮੇਅਰ ਨੂੰ ਕੋਈ ਜਾਣਦਾ ਵੀ ਨਹੀਂ ਆਉਂਦਾ ਦੇਸ਼ ਵਿੱਚ। ਪਰ ਕਿਉਂਕਿ ਇਹ ਪਹਿਲਾ ਐਕਸਪੈਰੀਮੈਂਟ ਸੀ, ਜਿਹੜਾ ਇੰਡੀਅਨ ਅਲਾਇੰਸ, ਇਹ ਪਹਿਲਾ ਐਕਸਪੈਰੀਮੈਂਟ ਸੀ ਜਿਹੜਾ ਇੰਡੀਆ ਅਲਾਇੰਸ ਦੇ ਗੱਠਜੋੜ ਵੱਲੋਂ ਕੀਤਾ ਜਾ ਰਿਹਾ ਸੀ। ਆਮ ਆਦਮੀ ਪਾਰਟੀ ਅਤੇ ਕਾਂਗਰਸ ਰਲ ਕੇ ਇਹਦੇ ਵਿੱਚ ਇੱਕ ਸਾਂਝਾ ਕੈਂਡੀਡੇਟ ਉਹਨਾਂ ਨੇ ਖੜਾ ਕੀਤਾ ਸੀ ਔਰ ਇਹਦੇ ਵਿੱਚ ਆਮ ਆਦਮੀ ਪਾਰਟੀ ਦੀਆਂ 13 ਵੋਟਾਂ ਸੀ, ਕਾਂਗਰਸ ਦੀਆਂ 7 ਸੀ, ਕੁੱਲ ਮਿਲਾ ਕੇ ਇਹ 20 ਵੋਟਾਂ ਹੋ ਗਈਆਂ। ਬੀਜੇਪੀ ਕੋਲ ਕੁੱਲ ਜੋ ਵੋਟਾਂ ਸੀਗੀਆਂ 14 ਸਨ, ਉਹਦੇ 'ਚ ਇੱਕ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਸੀਗਾ ਕੈਂਡੀਡੇਟ, ਉਹਦੀ ਵੋਟ ਸੀਗੀ, ਔਰ ਇੱਕ ਸੰਸਦ ਦੀ ਮੈਂਬਰ ਜੋ ਹੈ ਉਹਦੀ ਫੇਰ ਦੀ ਸੀਗੀ। ਸੋ ਇਹ ਕੁੱਲ ਮਿਲਾ ਕੇ ਉਹਨਾਂ ਦੀਆਂ ਜੋ 14 ਵੋਟਾਂ ਸੀਗੀਆਂ ਉਹ ਉਹਨਾਂ ਨਾਲ ਇਲੈਕਸ਼ਨ ਹਾਰਦੇ ਸੀ। ਸੋ ਇਹ ਜੋ 36 ਵਿੱਚੋਂ 8 ਵੋਟਾਂ ਅਨਿਲ ਮੱਛੀ ਨੇ ਆਪਣੀ ਮਨਮਾਨੀ ਨਾਲ ਖਾਰਜ ਕੀਤੀਆਂ ਔਰ ਉੱਤੇ ਕੈਮਰੇ ਲੱਗੇ ਸੀ, ਸਾਰਾ ਕੁੱਲ ਕੈਮਰਿਆਂ 'ਚ ਬੰਦ ਹੋ ਗਿਆ। ਤੋ ਇਸ ਨੂੰ ਜਦੋਂ ਸੁਪਰੀਮ ਕੋਰਟ ਵਿੱਚ ਪਟੀਸ਼ਨ ਹੋ ਗਈ, ਕੋਰਟ ਨੇ ਸਾਰੇ ਬੈਲਟ ਪੇਪਰ ਮੰਗਵਾ ਲਏ ਅਤੇ ਨਾਲ ਹੀ ਵੀਡੀਓ ਰਿਕਾਰਡਿੰਗ ਵੀ ਮੰਗਵਾ ਲਈਆਂ। ਸੋ ਜੇ ਇਹ ਕੈਮਰਾ ਹੇਠਾਂ ਵੀਡੀਓ ਰਿਕਾਰਡਿੰਗ ਨਾ ਹੋਈ ਹੁੰਦੀ ਤਾਂ ਫਿਰ ਇਸ ਵਿੱਚ ਜੋ ਕਾਂਗਰਸ ਨੇ ਹੇਰਾਫੇਰੀ ਕੀਤੀ ਸੀ, ਬੇਈਮਾਨੀ ਕੀਤੀ ਸੀ, ਜੋ ਫਰਾਡ ਕੀਤਾ ਸੀ, ਉਹਦੇ ਉੱਪਰ ਮੋਹਰ ਲੱਗੀ ਰਹਿਣੀ ਸੀ, ਉਹ ਕੇਸ ਦੱਬਿਆ ਰਹਿਣਾ ਸੀਗਾ। ਤੋ ਇਸ ਦੀ ਟੋਟਲ ਬਹਿਸ ਜੋ ਹੋਈ ਉਹਦੇ ਵਿੱਚ ਮੱਛੀ ਨੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਦੇ ਸਾਹਮਣੇ ਕਬੂਲ ਹੀ ਕਰ ਲਿਆ ਕਿ ਹਾਂ, ਇਹ ਮੈਂ ਗਲਤੀ ਕੀਤੀ ਹੈ ਅਤੇ ਮੈਨੂੰ ਇਸ ਦੀ ਮਾਫ਼ੀ ਦਿੱਤੀ ਜਾਏ। ਮਾਫ਼ੀ ਕਚਹਿਰੀ ਤਾਂ ਦੇ ਨਹੀਂ ਸਕਦੀ, ਇਹ ਬਹੁਤ ਵੱਡਾ ਜੁਰਮ ਹੈ, ਇਹਦਾ ਤਾਂ ਹੁਣ ਉਹਦੇ 'ਤੇ ਮੁਕੱਦਮਾ ਚੱਲੇਗਾ।
ਪਰ ਉਸ ਤੋਂ ਪਹਿਲੇ ਕੋਰਟ ਨੇ ਉਹਦੇ ਤੇ ਜੋ ਕੰਟੈਂਪਟ ਆਫ ਕੋਰਟ ਦਾ ਮੁਕਦਮਾ ਚਲਾਇਆ ਉਹਦੇ ਲਈ ਉਹਨਾਂ ਨੇ ਉਹਨੂੰ 3 ਹਫ਼ਤੇ ਦਿੱਤੇ। ਇਹ ਧਾਰਾ 340 ਦੇ ਅਗੇਂਸਟ ਹਾਂਜੀ ਰਾਂਗਫੁੱਲ ਜਿਹੜਾ ਸਟੇਟਮੈਂਟ ਰਿਕਾਰਡ ਕਰਾਈ ਹੈ ਸੁਪਰੀਮ ਕੋਰਟ ਵਿੱਚ ਉਹਨੇ CRPC ਦੀ 340 ਧਾਰਾ, ਇਹਨੂੰ ਪਰਜਰੀ ਵੀ ਕਹਿੰਦੇ ਹਨ, ਉਸ ਦੇ ਅਧੀਨ ਉਸ ਨੂੰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ 3 ਹਫ਼ਤੇ ਦੇ ਵਿੱਚ ਜਵਾਬ ਦੇਣ ਲਈ ਕਿਹਾ। ਉਹਦੇ ਤੋਂ ਹੁਣ ਇਹ ਪ੍ਰੋਸੀਡਿੰਗ ਚੱਲਣਗੀਆਂ, ਇਸ ਤੋਂ ਇਲਾਵਾ ਦੂਸਰੀਆਂ ਪ੍ਰੋਸੀਡਿੰਗ ਵੀ ਚੱਲਣਗੀਆਂ ਜਿਹੜੀਆਂ ਕਿ ਉਸਨੇ ਵੋਟਾਂ ਨਾਲ ਹੇਰਾਫੇਰੀ ਕੀਤੀ। ਔਰ ਉਹਨੂੰ ਜਦ ਕੋਰਟ ਨੇ ਪੁੱਛਿਆ ਵੀ ਇਹ ਤੂੰ ਕਿਸ ਕਾਨੂੰਨ ਕਿਸ ਨਿਯਮ ਦੇ ਅਧੀਨ ਤੂੰ ਇਹ ਜਿਹੜੀਆਂ ਵੋਟਾਂ 'ਤੇ ਲਿਖ ਰਿਹਾ ਸੀ, ਤਾਂ ਉਸਨੇ ਬੜਾ ਹਾਸੋਹੀਣਾ ਜਵਾਬ ਦਿੱਤਾ ਕਿ ਵਿਰੋਧੀਆਂ ਦੇ ਕੌਂਸਲਰਾਂ ਨੇ ਵੋਟਾਂ ਖੋਲੀਆਂ ਸੀ ਅਤੇ ਇਹ ਵੋਟਾਂ ਜਿਹੜੀਆਂ ਸੀਗੀਆਂ ਇਹਨਾਂ ਉੱਪਰ ਮੈਂ ਜਿਹੜੀਆਂ ਵੋਟਾਂ ਖਰਾਬ ਹੋ ਗਈਆਂ ਸੀ ਉਹਨਾਂ ਉੱਪਰ ਨਿਸ਼ਾਨ ਲੱਗ ਰਿਹਾ ਸੀ ਕਿ ਕਿਹੜੀਆਂ ਕਿਹੜੀਆਂ ਵੋਟਾਂ ਖਰਾਬ ਹੋਈਆਂ ਤਾਂ ਜੋ ਉਹ ਸੌਖੀਆਂ ਆਈਡੈਂਟੀਫਾਈ ਕੀਤੀਆਂ ਜਾ ਸਕਣ। ਤਾਂ ਉਸਨੇ ਕਿਹਾ ਕਿ ਇਹ ਪਛਾਣ ਲਈ ਉਹਨਾਂ ਨੇ ਮਾਰਕ ਲਗਾਏ ਸਨ, ਪਰ ਕੋਰਟ ਨੇ ਬੜੀ ਸਪਸ਼ਟ ਗੱਲ ਕੀਤੀ। 2 ਦਿਨ ਪਹਿਲੇ BJP ਨੇ ਆਮ ਆਦਮੀ ਪਾਰਟੀ ਅਤੇ ਕਾਂਗਰਸ 'ਚੋਂ 3 ਕੌਂਸਲਰ ਤੋੜ ਕੇ ਉਹਨਾਂ ਨੂੰ ਦਬਾਇਆ ਧਮਕਾਇਆ ਜਾਂ ਕੀ ਸੌਦੇਬਾਜ਼ੀ ਹੋਈ, ਉਹਨਾਂ ਨੇ BJP ਜੁਆਇਨ ਕਰ ਲਈ। ਹੁਣ ਇਹ ਬਿਲਕੁਲ ਗਿਣੀ ਮਿੱਥੀ ਸਾਜਿਸ਼ ਦਾ ਅਗਲਾ ਹਿੱਸਾ ਸੀਗਾ, ਸੈਕਿੰਡ ਪਾਰਟ। ਪਹਿਲਾ ਪਾਰਟ ਤਾਂ ਤੁਸੀਂ ਦੇਖ ਲਿਆ ਅਤੇ ਜਿਹੜਾ ਮੇਅਰ ਸੀਗਾ ਉਸਨੇ ਕੱਲ੍ਹ ਰਿਜ਼ਾਈਨ ਕਰਤਾ, ਔਰ ਇਸ ਕਰਕੇ ਸੋਲਿਸਿਟਰ ਜਨਰਲ ਆਫ ਇੰਡੀਆ ਜਿਹੜਾ ਉੱਥੇ ਪੇਸ਼ ਹੋਏ ਸੀ ਉਹ ਵਾਰ ਵਾਰ ਕਹਿ ਰਹੇ ਸੀ ਕਿ ਵੀ ਇਹਦੀ ਦੁਬਾਰਾ ਇਲੈਕਸ਼ਨ ਕਰਾ ਲਈ ਜਾਏ। ਇਹ ਆਵਾਜ਼ਾਂ ਵਾਰ ਵਾਰ ਯਾਨੀ ਉਹਨਾਂ ਦੇ ਵਿਰੋਧੀ ਧਿਰ ਦੇ ਵਕੀਲਾਂ ਵੱਲੋਂ ਵੀ ਸੀ ਕਿ ਇਹਦੀ ਦੁਬਾਰਾ ਇਲੈਕਸ਼ਨ ਕਰਾ ਲਈ ਜਾਏ, ਕਿਉਂਕਿ ਉਹਨਾਂ ਨੂੰ ਉਮੀਦ ਸੀ ਕਿ ਜੇ ਹੁਣ ਇਹ ਦੁਬਾਰਾ ਇਲੈਕਸ਼ਨ ਹੋਏਗੀ ਤਾਂ ਇਹ ਜੋ ਕੈਂਡੀਡੇਟ ਹਨ ਉਹ 17 ਹੋ ਗਏ BJP ਦੇ ਅਤੇ ਰਹਿ ਗਏ ਘੱਟ ਕੇ 16 ਵਿਰੋਧੀ ਪਾਰਟੀਆਂ ਦੇ। ਸੋ ਆਪਣੇ ਆਪ ਉਹਨਾਂ ਦਾ ਕੈਂਡੀਡੇਟ ਜਿੱਤ ਜਾਏਗਾ, ਦੁਬਾਰਾ ਮੇਅਰ ਬਣ ਜਾਏਗਾ, ਪਰ ਸੁਪਰੀਮ ਕੋਰਟ ਨੇ ਕੋਈ ਹਾਮੀ ਨਾ ਭਰੀ। ਔਰ ਇਹ ਜੋ ਕੇਸ ਦੀ 35 ਮਿੰਟ ਦੀ ਬਹਿਸ ਤੋਂ ਬਾਅਦ ਕੋਰਟ ਨੇ ਜਦੋਂ ਆਰਡਰ ਸੁਣਾਇਆ ਤਾਂ ਉਸ ਆਰਡਰ ਵਿੱਚ ਉਹਨਾਂ ਨੇ ਇਹ ਕਿਹਾ ਕਿ ਇਸ ਤੋਂ ਬਾਅਦ ਜਦੋਂ ਕੋਰਟ ਨੇ 35 ਮਿੰਟ ਬਾਅਦ ਲਿਖਤੀ ਆਰਡਰ ਸੁਣਾਇਆ ਤਾਂ ਲਿਖਤੀ ਆਰਡਰ ਜਦੋਂ ਬੋਲਿਆ ਗਿਆ ਉਹਦੇ ਵਿੱਚ ਉਹਨਾਂ ਨੇ ਕੁਲਦੀਪ ਕੁਮਾਰ ਆਮ ਆਦਮੀ ਪਾਰਟੀ ਨੂੰ ਮੇਅਰ ਘੋਸ਼ਿਤ ਕਰ ਦਿੱਤਾ ਅਤੇ BJP ਦੇ ਮਨੋਜ ਸੋਨਕਰ ਨੂੰ ਮੇਅਰ ਦੀ ਪਦਵੀ ਤੋਂ ਹਟਾ ਦਿੱਤਾ ਅਤੇ ਨਾਲ ਹੀ ਇਹ ਕਿਹਾ ਕਿ ਕੰਟੈਂਪਟ ਆਫ ਕੋਰਟ ਦੀਆਂ ਪ੍ਰੋਸੀਡਿੰਗ ਯਾਨੀ ਕਿ CRPC 340 ਦੇ ਅਧੀਨ ਅਨਿਲ ਮੱਸੀ 'ਤੇ ਚੱਲਣਗੀਆਂ ਔਰ ਉਹ 3 ਹਫ਼ਤੇ ਦੇ ਵਿੱਚ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਇਹਦਾ ਜਵਾਬ ਦੇਗਾ ਉੱਥੇ। ਔਰ ਇਹ ਤੁਸੀਂ ਦੇਖੋ ਕਿ BJP ਦੀ ਕਿ ਇਹ ਕਿਸ ਤਰ੍ਹਾਂ ਨਾਲ ਉਹਨਾਂ ਨੇ ਇਹ
ਸਕ੍ਰਿਪਟ ਦਾ ਦੂਜਾ ਪਾਰਟ ਵੀ ਤਿਆਰ ਕਰ ਲਿਆ ਸੀ ਕਿ ਮੁੜ ਚੋਣ ਹੋਏਗੀ ਤਾਂ ਉਹਨਾਂ ਦਾ ਹੀ ਕੈਂਡੀਡੇਟ ਜਿੱਤੇਗਾ। ਹੁਣ ਇੱਥੇ ਇੱਕ ਇਹ ਬੜੀ ਇੰਪੋਰਟੈਂਟ ਦੱਸਣ ਵਾਲੀ ਗੱਲ ਹੈ ਕਿ ਇਹ ਜੋ ਸਾਰਾ ਕੁਝ ਹੋਇਆ ਇਹਦੇ ਪਿੱਛੇ ਕਿਹੜੇ ਕਿਹੜੇ ਅਫਸਰਾਂ ਦੇ ਹੱਥ ਹਨ। ਤੁਸੀਂ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਕਿ ਇਹ ਜੋ ਚੰਡੀਗੜ੍ਹ ਦਾ ਐਡਮਿਨਿਸਟ੍ਰੇਟਰ ਹੈ ਉਹ ਪੰਜਾਬ ਦਾ ਗਵਰਨਰ ਬਨਵਾਰੀ ਲਾਲ ਜੀ ਪੁਰੋਹਿਤ ਹਨ, ਔਰ ਇੱਥੋਂ ਦੇ ਜੋ ਐਡਮਿਨਿਸਟ੍ਰੇਟਰ ਦੇ ਐਡਵਾਈਜ਼ਰ ਹਨ, ਫਿਰ ਇੱਦਾਂ ਦਾ ਚੰਡੀਗੜ੍ਹ ਦੇ ਜੋ ਡਿਪਟੀ ਕਮਿਸ਼ਨਰ ਹਨ, ਇਹ ਸਾਰੇ ਇਸ ਗੱਲ ਦੇ ਜਵਾਬਦੇਹ ਹਨ ਕਿ ਇਹ ਜੋ ਐਡਾ ਵੱਡਾ ਘਾਟਾ ਮਾਲਾ ਹੋਇਆ ਇਹ ਕਿਸ ਪ੍ਰਕਾਰ ਹੋ ਗਿਆ। ਕਿਉਂਕਿ ਜਿਹੜੀ ਵੀ ਨਿਯੁਕਤੀਆਂ ਹੁੰਦੀਆਂ ਇਹ ਸਾਰੀਆਂ ਨਿਯੁਕਤੀਆਂ ਜੋ ਕਰਦਾ ਉਹ ਕਰਦੀ ਹੈ ਹੋਮ ਮਿਨਿਸਟਰੀ, ਲੇਕਿਨ ਜਿਹੜੀ ਡਿਪਟੀ ਕਮਿਸ਼ਨਰ ਦੀ ਜਾਂ ਹੋਰ ਉੱਚੇ ਅਹੁਦੇ ਹੁੰਦੇ ਉਹਨਾਂ ਦੀ ਨਿਯੁਕਤੀ ਕਰਦਾ ਪ੍ਰਾਈਮ ਮਿਨਿਸਟਰ ਆਫ ਇੰਡੀਆ ਦੇ ਸਾਈਨ ਹੁੰਦੇ। ਤੋ ਇਹ ਜੋ ਇੱਥੋਂ ਦਾ ਡਿਪਟੀ ਕਮਿਸ਼ਨਰ ਹੈ ਵਿਨੇ ਪ੍ਰਤਾਪ ਸਿੰਘ, ਇਹ ਇੱਕ ਬੀਜੇਪੀ ਦੇ ਕੇਂਦਰ ਦੇ ਸੈਂਟਰਲ ਲੀਡਰ ਦਾ ਰਿਸ਼ਤੇਦਾਰ ਹੈ ਜਿਸ ਕਰਕੇ ਉਹਦੀ ਨਿਯੁਕਤੀ ਸੀ, ਇਸ ਕਰਕੇ ਉਹ ਵੀ ਨਹੀਂ ਬੋਲ ਰਿਹਾ ਸੀ। ਇਸ ਚੰਡੀਗੜ੍ਹ ਦੀ ਐਡਮਿਨਿਸਟ੍ਰੇਸ਼ਨ ਨੂੰ ਚਲਾਉਣ ਦੀ ਜਿਹੜੀ ਐਗਜ਼ੀਕਿਊਟਿਵ ਪਾਵਰ ਹੈ ਉਹ ਸਾਰੀ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਕੋਲ ਹੈ। ਸੋ ਇਹ ਜੋ ਸਾਰੀ ਖੇਡ ਖੇਡੀ ਗਈ ਇਸ ਪਿੱਛੇ ਜੋ ਹੱਥ ਹੈ ਉਹ ਸਿੱਧੀ ਸੂਈ ਜਾਂਦੀ ਹੈ ਅਮਿਤ ਸ਼ਾਹ ਜੀ 'ਤੇ ਔਰ ਦੇਸ਼ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ 'ਤੇ, ਕਿਉਂਕਿ ਅਨਿਲ ਮੱਸੀ ਦੀ ਇੰਨੀ ਹਿੰਮਤ ਨਹੀਂ ਹੋ ਸਕਦੀ ਕਿ ਉਹ ਅਜਿਹੀ ਐਡੀ ਵੱਡੀ ਧਾਂਜਲੀ ਆਪਣੇ ਬਲਬੂਤੇ 'ਤੇ ਕਰੇ। ਉਸਨੂੰ ਕਿਸੇ ਚੀਜ਼ ਦੀ ਆਸ ਹੋਣੀ ਹੈ ਕਿ ਉਹਨੂੰ ਜਾਂ ਵੱਡੀ ਪਦਵੀ ਮਿਲੇਗੀ, ਉਹਦੀ ਬੱਲੇ ਬੱਲੇ ਹੋ ਜਾਏਗੀ, ਉਹ ਦੇਸ਼ ਦੇ ਗ੍ਰਹਿ ਮੰਤਰੀ ਦੇ ਨੇੜੇ ਹੋ ਜਾਏਗਾ। ਔਰ ਇਹਦੀ ਨਿਯੁਕਤੀ ਵੀ ਬਿਲਕੁਲ ਗਲਤ ਹੈ ਕਿਉਂਕਿ ਇਹ ਭਾਰਤੀ ਬੀਜੇਪੀ ਦਾ ਜਿਹੜਾ ਮਨਿਆਰਟੀ ਸੈੱਲ ਹੈ ਉਹਦਾ ਇਹ ਚੇਅਰਮੈਨ, ਤੋ ਇਹਦੀ ਨਿਯੁਕਤੀ ਕਿਵੇਂ ਹੋਊਗੀ? ਕਿਉਂਕਿ ਜਿਹੜਾ ਇਲੈਕਸ਼ਨ ਕਮਿਸ਼ਨਰ ਹੈ ਚੰਡੀਗੜ੍ਹ ਦਾ ਉਹ ਇਹਦੀ ਨਿਯੁਕਤੀ ਕਰ ਹੀ ਨਹੀਂ ਸਕਦਾ ਕਿਉਂਕਿ ਉਹਦਾ ਪਾਰਟੀ ਨਾਲ ਸੰਬੰਧ ਹੈ। ਜਿਹੜਾ ਇਲੈਕਸ਼ਨ ਲਾਅ ਹੈ ਉਹਦੇ ਵਿੱਚ ਤੁਸੀਂ ਕਿਸੇ ਉਸ ਵਿਅਕਤੀ ਨੂੰ ਪ੍ਰਿਜ਼ਾਈਡਿੰਗ ਆਫਿਸਰ ਜਾਂ ਰਿਟਰਨਿੰਗ ਆਫਿਸਰ ਨਹੀਂ ਲਗਾ ਸਕਦੇ ਜਿਸ ਦਾ ਕਿਸੇ ਪੋਲੀਟੀਕਲ ਪਾਰਟੀ ਨਾਲ ਸਿੱਧਾ ਰਸਤਾ। ਉਹ ਤਾਂ ਆਫਿਸ ਬੀਰਰ ਪਾਰਟੀ ਦਾ ਮਨਿਆਰਟੀ ਸੈੱਲ ਦਾ ਬੀਜੇਪੀ ਦਾ ਉਹਨੂੰ ਲਗਾਇਆ, ਇਹ ਜਿਹੜੀ ਵਾਇਲੇਸ਼ਨ ਹੋਈ ਹੈ, ਫਿਰ ਇਹ ਜਿਹੜੀ ਅਪੋਇੰਟਮੈਂਟ ਹੁੰਦੀ ਹੈ ਇਹ ਅਪਰੂਵ ਹੁੰਦੀ ਹੈ, ਇਹ ਅਪਰੂਵ ਕੌਣ ਕਰਦਾ? ਇਹ ਕਰਦਾ ਜਿਹੜਾ ਕਿ ਚੰਡੀਗੜ੍ਹ ਦਾ ਐਡਮਿਨਿਸਟ੍ਰੇਟਰ ਹੈ। ਚੰਡੀਗੜ੍ਹ ਦਾ ਐਡਮਿਨਿਸਟ੍ਰੇਟਰ ਕੌਣ ਹੈ? ਉਹ ਬਨਵਾਰੀ ਲਾਲ ਪੁਰੋਹਿਤ ਜੀ ਹਨ, ਅਤੇ ਉਹਨਾਂ ਨੇ ਜੇ ਉੱਪਰੋਂ ਅਪਰੂਵ ਕਰਾਇਆ ਹੋਵੇ ਤਾਂ ਉਹ ਹੋਮ ਮਿਨਿਸਟਰ ਕਰਦਾ, ਅਮਿਤ ਸ਼ਾਹ ਜੀ ਜਿਨ੍ਹਾਂ ਦਾ ਚੰਡੀਗੜ੍ਹ ਉੱਪਰ ਪੂਰਾ ਕੰਟਰੋਲ ਹੈ ਐਡਮਿਨਿਸਟ੍ਰੇਟਿਵ ਐਗਜ਼ੀਕਿਊਟਿਵ ਆਫਿਸਰਾਂ ਨੂੰ। ਔਰ ਇਹ ਜਿਹੜੀਆਂ ਨਿਯੁਕਤੀਆਂ ਹੁੰਦੀਆਂ ਹਨ ਇਹ ਪ੍ਰਾਈਮ ਮਿਨਿਸਟਰ ਆਫਿਸ ਵੱਲੋਂ ਵੀ ਕੀਤੀਆਂ ਜਾਂਦੀਆਂ ਹਨ ਕਿਉਂਕਿ ਫਾਈਨਲ ਦਸਖਤ ਪ੍ਰਾਈਮ ਮਿਨਿਸਟਰ ਦੇ ਹੁੰਦੇ ਹਨ। ਸੋ ਸਾਰੀਆਂ ਜਿਹੜੀਆਂ ਪੋਸਟਾਂ ਚੰਡੀਗੜ੍ਹ 'ਚ IAS ਅਤੇ IPS ਅਫਸਰਾਂ ਦੀਆਂ ਕੀਤੀਆਂ ਜਾਂਦੀਆਂ ਉਹ ਸਾਰੀਆਂ ਹੋਮ ਮਿਨਿਸਟਰੀ ਤੋਂ ਅਪਰੂਵ ਹੋ ਕੇ ਆਉਂਦੀਆਂ ਅਤੇ ਉਸ ਤੋਂ ਬਾਅਦ ਪ੍ਰਾਈਮ ਮਿਨਿਸਟਰ ਦੇ ਦਸਖਤ ਹੁੰਦੇ। ਸੋ ਇਹ ਜਿਹੜਾ ਫਰਾਡ ਹੋਇਆ, ਇਹ ਜਿਹੜੀ ਨਿਯੁਕਤੀ ਕੀਤੀ ਗਈ ਹੈ ਅਨਿਲ ਮੱਸੀ ਦੀ,
ਇਹਦੀ ਜ਼ਿੰਮੇਵਾਰੀ ਵੀ ਪੰਜਾਬ ਦੇ ਗਵਰਨਰ ਜੋ ਫਿਰੋਜ਼ ਸਾਹਿਬ ਹਨ ਉਹਨਾਂ ਉੱਪਰ ਵੀ ਆਉਂਦੀ ਹੈ ਕਿਉਂਕਿ ਉਹ ਚੰਡੀਗੜ੍ਹ ਦੇ ਐਡਮਿਨਿਸਟ੍ਰੇਟਰ ਹਨ। ਔਰ ਤੁਸੀਂ ਇਹ ਦੇਖ ਲਓ 30 ਤਰੀਕ ਨੂੰ ਇਹ ਕਾਲਾ ਮਾਲਾ ਹੋਇਆ ਔਰ ਅੱਜ 20 ਤਰੀਕ ਹੋ ਗਈ ਹੈ, ਇਹਨਾਂ ਵਿੱਚੋਂ ਕੋਈ ਵੀ ਨਹੀਂ ਬੋਲਿਆ। ਜਿਹੜਾ ਬਨਵਾਰੀ ਲਾਲ ਤੇ ਮੈਂ ਇੱਕ ਬਨਵਾਰੀ ਲਾਲ ਜੀ ਤੇ ਮੈਂ ਇੱਕ ਵੱਖਰੀ ਵੀਡੀਓ ਕਰਾਂਗਾ, ਉਹਦੇ ਚ ਮੈਂ ਕਈ ਗੱਲਾਂ ਦੱਸਾਂਗਾ। ਉਹ ਚੁੱਪ ਸਨ, ਉਹਨਾਂ ਨੇ ਜਦੋਂ ਇਹ ਰਿਜ਼ਾਈਨ ਵੀ ਦਿੱਤਾ ਤਾਂ ਇਹ ਕਿਹਾ ਜਾਂਦਾ ਸੀ ਕਿ ਇਸ ਮੁੱਦੇ ਤੇ ਹੀ ਉਹਨਾਂ ਤੋਂ ਰਿਜ਼ਾਈਨ ਲਿਆ ਗਿਆ ਕਿ ਜਿਹੜੀ ਦਿੱਲੀ ਵਿੱਚ ਆਮ ਆਦਮੀ ਪਾਰਟੀ ਨੇ ਬਹੁਤ ਵੱਡੀ ਡਿਮੋਨਸਟ੍ਰੇਸ਼ਨ ਕੀਤੀ ਜਿਸ ਦੀ ਕਵਰੇਜ ਇੰਟਰਨੈਸ਼ਨਲ ਲੈਵਲ ਤੇ ਵੀ ਹੋਈ ਤੇ ਕਾਂਗਰਸ ਦੀ ਬਦਨਾਮੀ ਹੋਈ, ਉਸ ਨੂੰ ਲੈ ਕੇ ਵੀ ਜਿਹੜਾ ਹੋਮ ਮਿਨਿਸਟਰ ਸੀ ਤੇ ਪ੍ਰਾਈਮ ਮਿਨਿਸਟਰ ਬੜੇ ਦੁਖੀ ਸੀ ਕਿ ਜੇਕਰ ਇਹ ਉਹਨੂੰ ਹੀ ਉੱਥੇ ਸੁਧਾਰ ਲੈਂਦੇ ਗਲਤੀ ਨੂੰ, ਕਿਉਂਕਿ ਵੀਡੀਓ ਵਾਇਰਲ ਹੋ ਗਈ। ਵੀਡੀਓ ਇਸ ਤਰ੍ਹਾਂ ਵਾਇਰਲ ਹੋਈ, ਸਾਰੀ ਦੁਨੀਆ ਚਲੀ ਗਈ ਕਿ ਅਨਿਲ ਮਸੀਹ ਵੋਟਾਂ ਉੱਪਰ ਕੁਝ ਲਿਖ ਰਿਹਾ ਔਰ ਵੀਡੀਓ ਵਿੱਚ ਦਿਖ ਰਿਹਾ। ਜਦੋਂ ਚੀਫ ਜਸਟਿਸ ਨੇ ਉਹਨੂੰ ਕਿਹਾ ਵੀ ਵੀਡੀਓ ਵਿੱਚ ਤੇ ਕਲੀਅਰ ਦਿਖ ਰਿਹਾ ਕਿ ਤੁਸੀਂ ਇੱਥੇ ਕਾਟੇ ਲਾ ਰਹੇ ਹੋ, ਕਾਟੇ ਦਾ ਮਤਲਬ ਹੁੰਦਾ ਤੁਸੀਂ ਵੋਟ ਨੂੰ ਇਨਵੈਲਿਡ ਕਰ ਰਹੇ ਹੋ, ਤਾਂ ਇਨਵੈਲਿਡ ਤੁਸੀਂ ਕਰ ਰਹੇ ਹੋ ਕਿਸ ਕਾਨੂੰਨ ਦੇ ਅਧੀਨ। ਸੋ ਇਹ ਸਾਰੀਆਂ ਗੱਲਾਂ ਦਾ ਹੁਣ ਭੇਦ ਆਹਿਸਤਾ ਆਹਿਸਤਾ ਖੁੱਲੇਗਾ ਜਦੋਂ ਇਹ ਜ਼ਿੰਮੇਵਾਰੀ ਨਿਸ਼ਚਿਤ ਕੀਤੀ ਜਾਏਗੀ। ਔਰ ਜਦੋਂ ਜੇਕਰ ਅਨਿਲ ਮਸੀਹ ਦੀ ਪੁਲਿਸ ਨੇ ਇੰਟੈਰੋਗੇਸ਼ਨ ਕੀਤੀ ਜਿੱਦਾਂ ਕਿ ਬਾਕੀਆਂ ਦੀ ਕਰਦੇ ਜੇ ਹੋਈ, ਤਾਂ ਹੋ ਸਕਦਾ ਉਹ ਸੱਚ ਵੀ ਬੋਲੇਗਾ ਅਤੇ ਦੱਸੇਗਾ ਵੀ ਕਿ ਉਹਦੇ ਪਿੱਛੇ ਕਿਹੜੀਆਂ ਕਿਹੜੀਆਂ ਤਾਕਤਾਂ ਦਾ ਹੱਥ ਹੈ। ਪਰ ਜੇ ਅਨਿਲ ਮਸੀਹ ਨਾ ਵੀ ਦੱਸੇ ਤਾਂ ਵੀ ਸਾਨੂੰ ਸਮਝਣਾ ਚਾਹੀਦਾ ਕਿ ਇਸ ਪਿੱਛੇ ਜਿਹੜੀਆਂ ਤਾਕਤਾਂ ਕਰ ਰਹੀਆਂ ਉਹ ਉਹਨਾਂ ਚੋਂ ਇੱਕ ਚੰਡੀਗੜ੍ਹ ਦੇ ਐਡਮਿਨਿਸਟ੍ਰੇਟਰ ਆਨਰੇਬਲ ਬਨਵਾਰੀ ਲਾਲ ਜੀ ਪਰੋਤ ਹਨ, ਉੱਪਰ ਅਮਿਤ ਸ਼ਾਹ ਜੀ ਹਨ ਅਤੇ ਉਸ ਤੋਂ ਉੱਪਰ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਜੀ ਹਨ। ਸੋ ਤੁਹਾਨੂੰ ਪਤਾ ਹੈ ਕਿ ਮੋਦੀ ਜੀ ਨੇ ਕੱਲ੍ਹ ਹੀ ਇੱਕ ਚੋਣ ਰੈਲੀ ਐਡਰੈਸ ਕਰਦਿਆਂ ਹੋਇਆਂ ਇੱਕ ਜੋ ਤੰਜ ਕੱਸਿਆ ਸੁਪਰੀਮ ਕੋਰਟ 'ਤੇ ਕਿ ਉਹਨਾਂ ਨੇ ਕਿਹਾ ਵੀ ਜੇ ਕੋਈ ਸੁਦਾਮੇ ਦੀ ਤਰ੍ਹਾਂ ਕੁਛ ਥੋੜ੍ਹਾ ਬਹੁਤਾ ਕੋਈ ਕਿਸੇ ਨੂੰ ਦਾਨ ਦੇ ਤਾਂ ਉਸ 'ਤੇ ਵੀ ਪਟੀਸ਼ਨ ਹੋ ਜਾਂਦੀ ਹੈ। ਯਾਨੀ ਹੁਣ ਉਹ ਜਿਹੜਾ ਇਲੈਕਸ਼ਨ ਬੌਂਡ ਦੀ ਜੱਜਮੈਂਟ ਆਈ ਹੈ ਉਹਦੇ ਵਿੱਚ ਜੋ ਸੁਪਰੀਮ ਕੋਰਟ ਨੇ ਸਪਸ਼ਟ ਕਿਹਾ ਕਿ ਇਹ ਇੱਕ ਬਹੁਤ ਵੱਡਾ ਫਰਾਡ ਹੈ ਔਰ ਉਸ ਫਰਾਡ ਵਿੱਚ ਇਨਵੋਲਵਡ ਹੈ ਦੇਸ਼ ਦਾ ਪ੍ਰਾਈਮ ਮਿਨਿਸਟਰ ਅਤੇ ਦੇਸ਼ ਦੇ ਹੋਰ ਵੱਡੇ ਵੱਡੇ ਅਫਸਰ ਅਤੇ ਕਈ ਮਹਿਕਮੇ, ਯਾਨੀ ਕਿ ਜਿਹੜੀ ਕੰਪਨੀ ਲਾ ਦਾ, ਫਿਰ RTI ਵਾਲੇ ਕਿ ਉਸਨੂੰ RTI ਦੇ ਲਾ 'ਚੋਂ ਵੀ ਕੱਢਿਆ, ਉਹਨੂੰ ਇਨਕਮ ਟੈਕਸ 'ਚੋਂ ਵੀ ਕੱਢਿਆ, ਉਹਨੂੰ ਕੰਪਨੀ ਲਾ 'ਚੋਂ ਵੀ ਕੱਢਿਆ, ਕਿਉਂਕਿ ਕੰਪਨੀਆਂ ਨੇ ਹੀ ਇਹਦੇ ਵਿੱਚ ਜਿਹੜੇ ਬੌਂਡ ਸੀ ਇਲੈਕਸ਼ਨ ਖਰੀਦ ਕੇ ਉਹ ਅੱਗੇ ਡੋਨੇਟ ਕਰਨੇ ਸੀ। ਸੋ ਇਹ ਕੋਈ 16,000 ਕਰੋੜ ਰੁਪਏ ਦੇ ਬੌਂਡ ਜਿਹੜੇ ਉਹ ਮਿਲੇ BJP ਨੂੰ ਚੋਣ ਫੰਡ ਵਿੱਚ। ਔਰ ਇੱਥੇ ਇੱਕ ਗੱਲ ਦੱਸ ਦਈਏ ਕਿ ਜਦ ਸੁਪਰੀਮ ਕੋਰਟ ਨੇ ਕਿਹਾ ਕਿ ਜਿੱਥੇ ਜਿੱਥੇ ਬੌਂਡਾਂ ਨਾਲ ਪੈਸਾ ਆਇਆ ਉਹ ਵਾਪਸ ਜਮ੍ਹਾਂ ਕਰਾਇਆ ਜਾਏ, ਪਤਾ ਇਹ ਲੱਗਿਆ ਕਿ BJP ਦੇ ਦਿੱਲੀ ਦੇ ਅਕਾਊਂਟ 'ਚ ਕੋਈ 6,000 ਕਰੋੜ ਰੁਪਈਆ ਇਹਨਾਂ ਬੌਂਡਾਂ ਦਾ ਹਲੇ ਪਿਆ, ਜੋ ਕਿ ਉਹਨਾਂ ਨੇ ਵਾਪਸ ਕਰਨਾ ਹੈ, ਪਰ ਉਹਦੇ 'ਤੇ ਹਲੇ ਉਹਨਾਂ ਨੇ ਕੋਈ ਕਾਰਵਾਈ ਨਹੀਂ ਆਰੰਭੀ। ਸੋ ਇਹ ਸਾਰੀ ਗੱਲ ਰਾਹੀਂ ਅਸੀਂ ਤੁਹਾਨੂੰ ਇਹ ਦੱਸ ਰਹੇ ਹਾਂ ਕਿ ਦੇਸ਼ ਵਿੱਚ ਡੈਮੋਕਰੇਸੀ ਨੂੰ ਬਹੁਤ ਖਤਰਾ,
ਔਰ ਜੋ ਬੀਜੇਪੀ ਦੀ ਸਰਕਾਰ ਦਾ ਸਿਸਟਮ ਬਣ ਗਿਆ ਕਿ ਹਰ ਹਾਲਤ ਵਿੱਚ ਹਰ ਚੋਣ ਜਿੱਤਣੀ ਹੈ, ਹਰ ਜਗ੍ਹਾ ਬੀਜੇਪੀ ਦੀ ਸਰਕਾਰ ਚਾਹੀਦੀ ਹੈ, ਉਸ ਨਾਲ ਉਹ ਜਿਸ ਤਰ੍ਹਾਂ ਅਪਰਾਧ ਦੇ ਕਮਿਟ ਹੋ ਰਹੇ ਨੇ ਦੇਸ਼ ਵਿੱਚ, ਉਹਦਾ ਤੁਸੀਂ ਖੁਦ ਜਾਇਜ਼ਾ ਲਾ ਸਕਦੇ ਹੋ। ਤੁਸੀਂ ਦੇਖੋ ਸਰਕਾਰ ਤੋੜੀ ਗਈ ਮਹਾਰਾਸ਼ਟਰ ਦੀ, ਫਿਰ MP ਦੀ ਸਰਕਾਰ ਤੋੜ ਕੇ ਮੱਧਿਆ ਪ੍ਰਦੇਸ਼ ਦੀ ਆਪਣਾ ਰਾਜ ਕਾਇਮ ਕੀਤਾ ਗਿਆ, ਇੱਥੇ ਹੀ ਬਸ ਨਹੀਂ, ਫਿਰ ਸਰਕਾਰ ਤੋੜੀ ਗਈ। ਹੁਣ ਜਿਵੇਂ ਕਿ ਤੁਸੀਂ ਦੇਖਿਆ ਕਿ ਉੱਥੇ ਸ਼ਿਵ ਸੈਨਾ ਦੀ ਸਰਕਾਰ ਤੋੜ ਕੇ ਔਰ ਉਹਨਾਂ ਦੇ ਪਾਰਟੀ ਦੇ ਬੰਦੇ ਖਰੀਦ ਕੇ ਉੱਥੇ BJP ਸਮਰਥਕ ਸਰਕਾਰ ਬਣਾ ਲਈ, ਇਸੇ ਤਰ੍ਹਾਂ ਹੀ ਹੋਰ ਥਾਵਾਂ 'ਤੇ ਵੀ ਹੋਇਆ। ਸੋ ਇਹ ਜੋ ਸਰਕਾਰਾਂ ਤੋੜ ਕੇ ਭੰਨ ਕੇ ਬਣਾਉਣ ਦਾ ਜਿਹੜਾ ਸਿਲਸਿਲਾ BJP ਦਾ, ਉਹਨਾਂ ਨੇ ਉੱਤਰਾਖੰਡ ਦੀ ਵੀ ਸਰਕਾਰ ਤੋੜ ਕੇ ਆਪਣੀ ਬਣਾਈ, ਇਹ ਜਿਹੜੀ ਚੋਣਾਂ 'ਚ ਹਾਰ ਗਏ, ਚੋਣਾਂ ਹਾਰਨ ਤੋਂ ਬਾਅਦ ਉਹਨਾਂ ਨੇ ਕੁਝ ਖਰੀਦੋ ਫਰੋਖਤ ਕਰ ਲਈ, ਕੁਝ ਡਰਾ ਲਿਆ, ਕੁਝ ਤਮਾ ਲਿਆ, ਉਹਨਾਂ ਦੀ ਮਦਦ 'ਤੇ ED ਹੈ, ਇਨਕਮ ਟੈਕਸ ਹੈ, CBI ਹੈ। ਸੋ MLA ਨੂੰ ਖਰੀਦ ਲਿਆ ਜਾਂ ਉਹਨੂੰ ਡਰਾ ਲਿਆ, ਧਮਕਾ ਲਿਆ ਅਤੇ ਆਪਣੀ ਪਾਰਟੀ ਵਿੱਚ ਰਲਾ ਕੇ ਸਰਕਾਰਾਂ ਆਪਣੀਆਂ ਬਣਾ ਲਈਆਂ। ਇੱਥੇ ਵੀ ਜਿਹੜੇ 3 ਕੌਂਸਲਰ ਜੋ ਪਰਸੋਂ ਹੀ BJP ਨੂੰ ਜੁਆਇਨ ਕੀਤਾ, ਉਹ ਵੀ ਇਸੇ ਤਰ੍ਹਾਂ ਦਾ ਲੱਗਦਾ ਕਿ ਉਹਨਾਂ ਨੂੰ ਕੀ ਕੋਈ ਲਾਲਚ ਦਿੱਤਾ ਗਿਆ ਜਾਂ ਡਰਾਇਆ ਧਮਕਾਇਆ ਗਿਆ। ਉਹਦੇ ਵਿੱਚ ਇੱਕ ਇਸਤਰੀ ਕੌਂਸਲਰ ਵੀ ਹੈ। ਸੋ ਇਹ ਦੱਸਣਾ ਇੱਥੇ ਬਹੁਤ ਜ਼ਰੂਰੀ ਹੈ ਕਿ ਜਦੋਂ ਦੀ BJP ਦੀ ਸਰਕਾਰ 2014 ਤੋਂ ਆਈ ਹੈ, ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣੇ ਹਨ, ਉਸ ਤੋਂ ਬਾਅਦ ਸਰਕਾਰਾਂ ਤੋੜਨ ਦਾ ਸਿਲਸਿਲਾ ਬੜਾ ਜਾਰੀ ਹੈ ਔਰ ਇਸ ਨਾਲ ਜਿੰਨੀ ਠੇਸ ਡੈਮੋਕ੍ਰੇਸੀ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਅਤੇ BJP ਨੇ ਲਾਈ ਹੈ, ਡੈਮੋਕ੍ਰੇਸੀ ਨੂੰ ਸੱਟ ਮਾਰੀ ਹੈ, ਉਸ ਦਾ ਜਿਹੜਾ ਜਨਾਜ਼ਾ ਕੱਢਿਆ, ਇਹ ਅੱਜ ਤੋਂ ਪਹਿਲੇ ਕਦੀ ਨਹੀਂ ਹੋਇਆ। ਇਹ ਤੇ ਟਿਪ ਆਫ ਦੀ ਆਈਸਬਰਗ ਹੈ ਜੋ ਕਿ ਉਹਨਾਂ ਨੇ ਚੰਡੀਗੜ੍ਹ ਦੀ ਮੇਅਰ ਦੀ ਚੋਣ ਵਿੱਚ ਕੀਤਾ ਔਰ ਇਹ ਬੜੀ ਵੱਡੀ ਫਿਟਕਾਰ ਪਾਈ ਹੈ ਸੁਪਰੀਮ ਕੋਰਟ ਨੇ BJP ਨੂੰ ਅਤੇ BJP ਦੇ ਕਰਤਿਆਂ ਧਰਤਿਆਂ ਨੂੰ। ਸੋ ਇਸ ਚਰਚਾ ਨੂੰ ਇੱਥੇ ਸਮਾਪਤ ਕਰਦੇ ਹਾਂ ਅਤੇ ਉਮੀਦ ਕਰਦੇ ਹਾਂ ਇਹ ਚਰਚਾ ਤੁਹਾਨੂੰ ਪਸੰਦ ਆਏਗੀ। ਇਸ ਚਰਚਾ ਨੂੰ ਤੁਸੀਂ ਸਭ ਨਾਲ ਸਾਂਝੀ ਕਰੋ, ਮਿੱਤਰਾਂ ਨਾਲ, ਸੰਬੰਧੀਆਂ ਨਾਲ। ਜੇਕਰ ਤੁਸੀਂ ਹੁਣ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਸਬਸਕ੍ਰਾਈਬ ਕਰੋ, ਇਸ ਨੂੰ ਲਾਈਕ ਕਰੋ, ਇਹਦਾ ਬੈੱਲ ਆਈਕਨ ਦਬਾਓ, ਇਹਦੀ ਘੰਟੀ ਜ਼ਰੂਰ ਦਬਾਓ ਤਾਂ ਜੋ ਵੀਡੀਓ ਸਿੱਧੀ ਤੁਹਾਨੂੰ ਮਿਲੇ। ਧੰਨਵਾਦ।